ਪੰਜਾਬੀ ਫਿਲਮ ਬਣਾਉਣੀ ਹੈ, ਪੰਜਾਬੀ ਫਿਲਮ ਇਸ ਤਰੀਕੇ ਨਾਲ, ਮਤਲਬ ਜਿਹਦੇ 'ਚ ਪੰਜਾਬ ਨਜ਼ਰ ਆਵੇ, ਇਕੱਲਾ ਇਹ ਨਹੀਂ ਵੀ ਕਿਰਦਾਰਾਂ ਦੇ ਕੱਪੜਿਆਂ 'ਚੋਂ ਹੀ ਨਜ਼ਰ ਆਵੇ। ਜਿਵੇਂ ਮੈਂ ਤੁਹਾਨੂੰ ਦੱਸਿਆ ਅੱਡ ਅੱਡ ਮੌਸਮ ਹੈ, ਜਦੋਂ ਮੈਂ ਪੋਸਟ ਕਰ ਰਿਹਾ ਸੀ ਤਾਂ ਮੈਂ ਉਹਨੂੰ ਕਿਹਾ ਮੈਨੂੰ ਨਾ ਬਰਸਾਤ ਆਪਣੇ ਦੇ ਸਾਉਣ ਦੇ ਮਹੀਨੇ 'ਚ ਜਿਹੜੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਪਿੱਛੇ, ਜੇ ਬੱਦਲ ਗਰਜ ਰਹੇ ਹੈ, ਹਵਾ ਚੱਲ ਰਹੀ, ਤਾਂ ਦੂਰੋਂ ਕਿਤੇ ਡੱਡੀਆਂ ਬੋਲਣ ਦੀ ਆਵਾਜ਼ ਵੀ ਆ ਰਹੀ ਹੈ। ਉਹਦਾ ਮਾਹੌਲ ਮੈਂ ਪੂਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਜਦੋਂ ਦੇਖੀਏ ਤਾਂ ਲੱਗੇ ਵੀ ਹਾਂ ਪੰਜਾਬ ਨਜ਼ਰ ਆ ਰਿਹਾ ਸਾਨੂੰ ਸਕਰੀਨ 'ਤੇ। ਤਾਂ ਆਪਾਂ ਜੇ ਆਪਾਂ ਉਂਝ ਐਕਸਪਲੇਨ ਕਰਨ ਜਾਈਏ ਵੀ ਆਪਣੇ ਮਹੀਨੇ ਦਾ ਪਹਿਲਾ ਦਿਨ ਹੁੰਦਾ, ਸੋ ਮੇਰੀ ਨਜ਼ਰ ਦੇ ਵਿੱਚ ਸੰਗਰਾਂਦ ਇੱਕ ਸ਼ੁਰੂਆਤ ਦਾ ਨਾਮ ਹੈ। ਲਈ ਮੌਸਮ ਹੀ ਚੇਂਜ ਹੁੰਦਾ ਆਪਾਂ ਕਹੀਏ, ਹਰ ਸੰਗਰਾਂਦ ਦਾ ਮੌਸਮ 'ਚ ਚੇਂਜ ਆਉਂਦਾ ਰਹਿੰਦਾ, ਮਾਈਨਿਊਟ ਆਉਂਦਾ, ਕਦੀ ਜ਼ਿਆਦਾ ਆਉਂਦਾ। ਜੇਠ ਹਾੜ ਦਿਖ ਰਹੇ ਲੱਗੇ ਤਾਂ ਉਦੋਂ ਲੱਗੇ ਫੀਲ ਹੋਵੇ ਵੀ ਹਾਂ ਯਾਰ ਸੱਚੀ ਉਹ ਗਰਮੀ ਸਾਨੂੰ ਫੀਲ ਹੋਵੇ, ਉਹ ਦੇਖ ਕੇ ਜੋ ਹੈ ਰੀਅਲ ਲਾਈਫ 'ਚ ਵੀ ਦੇਖੀਏ ਨਾ, ਕੋਈ ਵੀ ਬੰਦਾ ਨਾ 100% ਗਲਤ ਹੁੰਦਾ ਨਾ 100% ਸਹੀ ਹੁੰਦਾ। ਸੋ ਇਹਦੇ 'ਚ ਹਰ ਇੱਕ ਕਿਰਦਾਰ ਦੀ ਆਪਣੀ ਇੱਕ ਕਹਾਣੀ ਹੈ। ਹਾਂਜੀ, ਮੇਰੇ ਹਿਸਾਬ ਨਾਲ ਰਿਸ਼ਤੇ ਹੀ ਹੈ ਜਿਹੜਾ ਇਨਸਾਨ ਨੂੰ ਇਨਸਾਨ ਬਣਾਉਂਦੇ ਆ। ਜੇ ਰਿਸ਼ਤੇ ਨਾ ਹੁੰਦੇ ਤਾਂ ਆਪਾਂ ਸਮਾਜ ਹੀ ਨਾ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਫਰਮਨ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਨੂੰ ਸਵਾਗਤ ਕਰਦੇ ਹਾਂ। ਸੋ ਇੱਕ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਸਿਨੇਮਾ ਦੇ ਬਦਲਾਅ ਦੀ, ਤਾਂ ਬਹੁਤ ਸਾਰੇ ਜਿਹੜੇ ਜ਼ੋਨਰ ਨੇ ਸਾਡੇ ਸਾਹਮਣੇ ਜਿਹੜੇ ਇੱਦਾਂ ਦੇ ਲੱਗਦੇ ਆ ਕਿ ਜਿਹੜੇ ਸ਼ਾਇਦ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲੇ, ਸੋ ਛੋਏ ਨਹੀਂ ਗਏ। ਇੱਦਾਂ ਦੇ ਕੁਛ ਕਿਰਦਾਰ ਨੇ, ਇੱਦਾਂ ਦੇ ਕੁਛ ਵਿਸ਼ੇ ਨੇ, ਸੋ ਉਹਨਾਂ ਦੀ ਹੀ ਇੱਕ ਵੱਖਰੇ ਜਿਹੇ ਵਿਸ਼ੇ 'ਤੇ ਫਿਲਮ ਆ ਰਹੀ ਹੈ ਸੰਗਰਾਂ 'ਤੇ। ਸਾਡੇ ਨਾਲ ਫਿਲਮ ਦੇ ਰਾਈਟਰ ਅਤੇ ਜਿਹੜੇ ਡਾਇਰੈਕਟਰ ਨੇ ਸਾਡੇ ਨਾਲ ਮੌਜੂਦ ਨੇ, ਇੰਦਰ ਭਾਅ ਜੀ ਕੀ ਹਾਲ ਚਾਲ? ਬਹੁਤ ਵਧੀਆ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਟ੍ਰੇਲਰ ਦੇਖ ਰਹੇ ਸੀ ਆਪਾਂ ਨਾ, ਤੇ ਬੜਾ ਵੱਖਰਾ ਜਿਹਾ ਲੱਗਾ, ਕਿਉਂਕਿ ਆਪਾਂ ਅਕਸਰ ਪੰਜਾਬੀ ਸਿਨੇਮਾ ਇਸ ਤਰੀਕੇ ਨਾਲ ਨਹੀਂ ਦੇਖਦੇ ਹਨਾ। ਹਾਲਾਂਕਿ ਬੜਾ ਚੀਜ਼ਾਂ ਜ਼ਿੰਦਗੀ ਦੇ ਨੇੜੇ ਨੇ, ਆਪਣੇ ਪਿੰਡਾਂ ਦੇ ਲੋਕਾਂ ਦੇ, ਖਾਸ ਕਰ ਲੋਕਾਂ ਨੂੰ ਲੱਗਣਗੇ ਸਾਡੇ ਨਾਲ ਦੇ ਕਿਰਦਾਰ ਤੁਰੇ ਫਿਰਦੇ ਨੇ, ਸੋ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ? ਐਕਚੁਅਲੀ ਮੈਂ ਫਰੋਮ ਦਾ ਵੈਰੀ ਫਸਟ ਡੇ ਲੈ ਕੇ ਚੱਲਿਆ ਸੀ ਕਿ ਮੈਂ ਬਹੁਤ ਰੂਟਡ ਫਿਲਮ ਬਣਾਉਣੀ ਹੈ, ਮੈਂ ਪੰਜਾਬ ਦੀ ਪੰਜਾਬੀ ਫਿਲਮ ਬਣਾਉਣੀ ਹੈ, ਪੰਜਾਬੀ ਫਿਲਮ ਇਸ ਤਰੀਕੇ ਨਾਲ, ਮਤਲਬ ਜਿਹਦੇ 'ਚ ਪੰਜਾਬ ਨਜ਼ਰ ਆਵੇ, ਇਕੱਲਾ ਇਹ ਨਹੀਂ ਵੀ ਕਿਰਦਾਰਾਂ ਦੇ ਕੱਪੜਿਆਂ 'ਚੋਂ ਹੀ ਨਜ਼ਰ ਆਵੇ। ਜਿਵੇਂ ਮੈਂ ਤੁਹਾਨੂੰ ਦੱਸਿਆ ਅੱਡ ਅੱਡ ਮੌਸਮ ਹੈ, ਅੱਡ ਅੱਡ ਮੌਸਮਾਂ ਦੇ ਵਿੱਚ ਜੋ ਆਪਾਂ ਪਿੰਡਾਂ ਦੇ ਵਿੱਚ ਜੇ ਹੁਣ ਮੈਂ ਸੀਨ ਕਈ ਐਡਿਟ ਚੱਲ ਰਿਹਾ ਸਾਡਾ, ਹੁਣ ਵੀ ਪੋਸਟ ਚੱਲ ਰਿਹਾ ਬੰਬੇ, ਅਤੇ ਜਦੋਂ ਮੈਂ ਪੋਸਟ ਕਰ ਰਿਹਾ ਸੀ ਤਾਂ ਮੈਂ ਉਹਨੂੰ ਕਿਹਾ ਮੈਨੂੰ ਨਾ ਬਰਸਾਤ ਆਪਣੇ ਦੇ ਸਾਉਣ ਦੇ ਮਹੀਨੇ 'ਚ ਜਿਹੜੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਪਿੱਛੇ, ਜੇ ਬੱਦਲ ਗਰਜ ਰਹੇ ਹੈ, ਹਵਾ ਚੱਲ ਰਹੀ, ਤਾਂ ਦੂਰੋਂ ਕਿਤੇ ਡੱਡੀਆਂ ਬੋਲਣ ਦੀ ਆਵਾਜ਼ ਵੀ ਆ ਰਹੀ ਹੈ, ਅਤੇ ਗਰਮੀਆਂ ਦਾ ਮਹੀਨਾ ਤਾਂ ਉਹ ਆਪਣੇ ਘੁੱਗੀਆਂ ਬੋਲਦੀਆਂ ਹੁੰਦੀਆਂ, ਬਹੁਤ ਸ਼ਾਂਤੀ ਜੀ ਹੁੰਦੀ ਹੈ, ਸੋ ਉਹਦਾ ਮਾਹੌਲ ਮੈਂ ਪੂਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਜਦੋਂ ਦੇਖੀਏ ਤਾਂ ਲੱਗੇ ਵੀ ਹਾਂ ਪੰਜਾਬ ਨਜ਼ਰ ਆ ਰਿਹਾ ਸਾਨੂੰ ਸਕਰੀਨ ਦੇ ਉੱਤੇ। ਬਿਲਕੁਲ ਬਿਲਕੁਲ ਬਾਈ, ਫਿਲਮ ਦੇ ਨਾਮ ਦੀ ਗੱਲ ਕਰੀਏ, ਸੰਗਰਾਂਦ ਤੇ ਬੜੇ ਪੰਜਾਬ ਦੇ ਲੋਕਾਂ ਦੇ ਬੜਾ ਦਿਲਾਂ ਦੇ ਕਰੀਬ ਹੈ ਨਾਮ, ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਦ ਆਪਾਂ ਇੱਦਾਂ ਦੇ ਇੱਕ ਨਾਮ ਸੋਚਦੇ ਹਾਂ ਫਿਲਮ ਲਈ, ਤੇ ਫਿਲਮ ਦੇ ਵਿੱਚ ਕਿੰਨਾ ਕੁ ਅਹਿਮੀਅਤ ਸਮਝਦੇ ਹੋ ਕਿ ਸੰਗਰਾਂਦ ਦੀ? ਕਿਉਂਕਿ ਜਦ ਟ੍ਰੇਲਰ ਵੀ ਸਟਾਰਟ ਹੁੰਦਾ, ਸਭ ਤੋਂ ਪਹਿਲਾਂ ਸਾਨੂੰ ਸੰਗਰਾਂਦ ਦਾ ਮਤਲਬ ਹੀ ਸੁਣਨ ਨੂੰ ਮਿਲਦਾ ਕਿ ਅਕਸਰ ਮਤਲਬ ਹੈ ਕੀ ਆ? ਐਕਚੁਅਲੀ ਉਹ ਇੱਕ ਰਾਈਟਰ ਦੀ ਸੋਚ ਹੈ ਬੇਸਿਕਲੀ ਸੰਗਰਾਂਦ, ਤਾਂ ਆਪਾਂ ਜੇ ਆਪਾਂ ਉਂਝ ਐਕਸਪਲੇਨ ਕਰਨ ਜਾਈਏ ਵੀ ਆਪਣੇ ਮਹੀਨੇ ਦਾ ਪਹਿਲਾ ਦਿਨ ਹੁੰਦਾ, ਸੋ ਮੇਰੀ ਨਜ਼ਰ ਦੇ ਵਿੱਚ ਸੰਗਰਾਂਦ ਇੱਕ ਸ਼ੁਰੂਆਤ ਦਾ ਨਾਮ ਹੈ। ਆਪਾਂ ਕਿਉਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਦੋਂ ਸੰਗਰਾਂਦ ਦਾ ਦਿਨ ਹੁੰਦਾ, ਇੱਕ ਨਵਾਂ ਮਹੀਨਾ ਸ਼ੁਰੂ ਹੋਣ ਲੱਗਿਆ, ਆਪਾਂ ਨੂੰ ਕਹਿੰਦਾ ਵੀ ਸੁੱਖ ਸਾਂਦ ਰਹੇ ਜਿਹੜਾ ਆਉਣ ਵਾਲੇ ਦਿਨ, ਆਉਣ ਵਾਲੇ ਮਹੀਨਾ, ਆਉਣ ਵਾਲਾ, ਐਕਚੁਅਲੀ ਮੌਸਮ ਹੀ ਚੇਂਜ ਹੁੰਦਾ ਆਪਾਂ ਕਹੀਏ, ਹਰ ਸੰਗਰਾਂਦ ਦਾ ਮੌਸਮ 'ਚ ਚੇਂਜ ਆਉਂਦਾ ਰਹਿੰਦਾ, ਮਾਈਨਿਊਟ ਆਉਂਦਾ, ਕਦੀ ਜ਼ਿਆਦਾ ਆਉਂਦਾ, ਸੋ ਸੰਗਰਾਂਦ ਦੇ ਨਾਲ ਇੱਕ ਨਵਾਂ ਮੌਸਮ ਸ਼ੁਰੂ ਹੁੰਦਾ। ਅਤੇ ਜਿਵੇਂ ਤੁਸੀਂ ਪੋਸਟਰ 'ਤੇ ਵੀ ਦੇਖਿਆ, ਚਾਰ ਅੱਡ ਅੱਡ ਮੌਸਮਾਂ ਦੇ ਵਿੱਚ ਅਸੀਂ ਕਹਾਣੀ ਕਹੀ ਹੈ, ਅਤੇ ਚਾਰੋਂ ਅੱਡ ਅੱਡ ਮੌਸਮ ਤੁਹਾਨੂੰ ਸਕਰੀਨ 'ਤੇ ਦੇਖਣ ਨੂੰ ਮਿਲਣਗੇ। ਅਸੀਂ ਟੈਕਨੀਕਲੀ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਪੋਸਟ 'ਚ ਵੀ ਅਤੇ ਸ਼ੂਟ ਕਰਦੇ ਵੀ ਅਸੀਂ ਅੱਡ ਅੱਡ ਕੈਮਰੇ ਯੂਜ਼ ਕੀਤੇ, ਚਾਹੇ ਮਾਈਨਿਊਟ ਲੈਵਲ 'ਤੇ ਹੀ ਸਹੀ, ਜੇਠ ਹਾੜ ਦਿਖ ਰਹੇ ਲੱਗੇ ਤਾਂ ਉਦੋਂ ਲੱਗੇ ਫੀਲ ਹੋਵੇ ਵੀ ਹਾਂ ਯਾਰ ਸੱਚੀ ਉਹ ਗਰਮੀ ਸਾਨੂੰ ਫੀਲ ਹੋਵੇ ਉਹ ਦੇਖ ਕੇ ਜੋ ਹੈ। ਸੋ ਸੰਗਰਾਂਦ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇੱਕ ਫਲਸਫਾ ਹੈ ਸੰਗਰਾਂਦ ਮੇਰੀ ਨਜ਼ਰ ਦੇ ਵਿੱਚ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ
ਉਹ ਤੁਹਾਡੇ 'ਤੇ ਆ। ਮੇਰੀ ਨਜ਼ਰ ਸੰਗਰਾਂਦ ਇੱਕ ਪੋਜ਼ਿਟਿਵ ਸ਼ੁਰੂਆਤ ਹੈ। ਇੱਕ ਚੰਗੀ ਕਹਾਣੀ ਨੂੰ ਬਈ ਪਰਫੋਰਮ ਕਰਨ ਲਈ ਜਿਹੜੇ ਆਰਟਿਸਟ ਨੇ ਉਹ ਵੀ ਬੜੇ ਚੰਗੇ ਚਾਹੀਦੇ ਹੁੰਦੇ ਨੇ, ਅਤੇ ਬੜੇ ਸੋਹਣਾ ਸਟਾਰਕਾਸਟ ਸਾਨੂੰ ਅੱਜ ਦੇਖਣ ਨੂੰ ਮਿਲਿਆ ਨਾ ਬੈਠੇ, ਲੱਗ ਰਿਹਾ ਕਿ ਯਾਰ ਬੜੇ ਚੁਣਵੇਂ ਚੁਣਵੇਂ ਕਿਰਦਾਰ ਤੁਸੀਂ ਫਿਲਮ ਦੇ ਵਿੱਚ ਜਿਹੜੇ ਨੇ ਲੈ ਕੇ ਆਏ ਹੋ, ਸੋ ਉਹਨਾਂ ਦੀ ਜਿਹੜੀ ਚੋਣ ਹੈ ਉਹ ਕਿਸ ਤਰੀਕੇ ਨਾਲ ਕੀਤੀ ਗਈ ਹੈ ਫਿਲਮ ਦੀ? ਮੈਨੂੰ ਐਂ ਲੱਗਦਾ ਸੀ ਜਦੋਂ ਤੁਹਾਡੇ ਕੋਲ ਕਹਾਣੀ ਹੁੰਦੀ ਹੈ, ਸੈਂਸੇਬਲ ਕਹਾਣੀ ਹੁੰਦੀ ਹੈ, ਉਹ ਤੁਹਾਨੂੰ ਆਪ ਹੀ ਦੱਸ ਦਿੰਦੀ ਹੈ ਵੀ ਇੱਥੇ ਮੈਨੂੰ ਕਿਹੜਾ ਐਕਟਰ ਚਾਹੀਦਾ। ਸੋ ਫਰੋਮ ਦਾ ਵੈਰੀ ਫਸਟ ਡੇ ਜਦੋਂ ਮੈਂ ਸਕ੍ਰਿਪਟ ਦਾ ਆਪਣਾ ਪਹਿਲਾ ਮਤਲਬ ਫਾਈਨਲ ਡਰਾਫਟ ਕੰਪਲੀਟ ਕੀਤਾ ਤਾਂ ਮੈਨੂੰ ਮੋਰ ਔਰ ਲੈਸ ਕਲੀਅਰ ਸੀ ਉਹ ਅੱਡ ਗੱਲ ਹੈ, ਇੱਕ ਦੋ ਐਕਟਰਸ ਜਿਨ੍ਹਾਂ ਦੇ ਨਾਲ ਸ਼ਾਇਦ ਡੇਟਸ ਕਰਕੇ ਨਹੀਂ ਕੰਮ ਅਸੀਂ ਕਰ ਪਾਏ, ਅਦਰਵਾਈਜ਼ ਐਂ ਨਹੀਂ ਹੋ, ਮੈਨੂੰ ਐਂ ਨਹੀਂ ਲੱਗਿਆ ਆਪਣੇ ਲੈਵਲ 'ਤੇ ਪਰਸਨਲੀ। ਪਹਿਲਾਂ ਕਹਿੰਦੇ ਨਾ ਆਪਣੀ ਸੈਟਿਸਫੈਕਸ਼ਨ ਹੋਣਾ ਬਹੁਤ ਜ਼ਰੂਰੀ ਹੁੰਦੀ ਹੈ ਵੀ ਹਰ ਇੱਕ ਐਕਟਰ ਬਹੁਤ ਉਹਨਾਂ ਨੇ ਦਿਲ ਤੋਂ ਰੂਹ ਤੋਂ ਜੁੜ ਕੇ ਕੰਮ ਕੀਤਾ। ਜਿਵੇਂ ਤੁਸੀਂ ਕਿਹਾ, ਮੈਨੂੰ ਖੁਦ ਬਹੁਤ ਜਦੋਂ ਮੈਂ ਆਪਣੀ ਕਾਸਟ ਲਿਸਟ ਦੇਖਦਾ ਮੈਨੂੰ ਬਹੁਤ ਵਧੀਆ ਲੱਗਦਾ, ਸਕੂਨ ਮਿਲਦਾ ਕਿ ਬਹੁਤ ਅੱਛੇ ਐਕਟਰਾਂ ਨਾਲ ਕੰਮ ਕੀਤਾ ਮੈਂ। ਬਿਲਕੁਲ ਬਿਲਕੁਲ। ਅਤੇ ਕੁਝ ਖਾਸ ਗੱਲ ਜਿਹੜੀ ਤੁਸੀਂ ਵਿੱਚ ਫਿਲਮ ਦੇ ਵਿੱਚ ਜਿਹੜੀ ਇੱਦਾਂ ਦੀ ਜਿਹੜੀ ਤੁਸੀਂ ਐਡ ਕਰਨਾ ਚਾਹੋ ਕਿ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਆਹ ਚੀਜ਼ ਜ਼ਰੂਰ ਮਹਿਸੂਸ ਹੋਏਗੀ? ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਇਹਦੇ ਵਿੱਚ ਜਿੰਨੇ ਵੀ ਕਿਰਦਾਰ ਹੈ ਨਾ, ਜਿਵੇਂ ਆਪਾਂ ਰੀਅਲ ਲਾਈਫ 'ਚ ਵੀ ਦੇਖੀਏ ਨਾ, ਕੋਈ ਵੀ ਬੰਦਾ ਨਾ 100% ਗਲਤ ਹੁੰਦਾ ਨਾ 100% ਸਹੀ ਹੁੰਦਾ। ਸੋ ਇਹਦੇ 'ਚ ਹਰ ਇੱਕ ਕਿਰਦਾਰ ਦੀ ਆਪਣੀ ਇੱਕ ਕਹਾਣੀ ਹੈ, ਇਹ ਨਹੀਂ ਹੈ ਵੀ ਇੱਕ ਹੀਰੋ ਦੀ ਕਹਾਣੀ ਹੈ ਅਤੇ ਬਾਕੀ ਬੰਦੇ ਸਿਰਫ ਉਸਨੂੰ ਚੰਗਾ ਸਾਬਿਤ ਕਰਨ ਲਈ ਜਾਂ ਉਹਦੇ ਲਈ ਇੱਕ ਔਖ ਪੈਦਾ ਕਰਨ ਲਈ, ਇੱਕ ਅੜਚਨ ਪੈਦਾ ਕਰਨ ਲਈ ਐਵੇਂ ਹੀ ਕ੍ਰੀਏਟ ਕੀਤੇ ਗਏ। ਇਕੱਲੇ ਇਕੱਲੇ ਕਿਰਦਾਰ ਦੀ ਆਪਣੀ ਕਹਾਣੀ ਹੈ, ਆਪਣੇ ਜਜ਼ਬਾਤ ਹੈ, ਤੁਸੀਂ ਦੇਖੋਗੇ ਤਾਂ ਹਰ ਇੱਕ ਨਾਲ ਜੁੜੋਗੇ ਤੁਸੀਂ। ਅਤੇ ਦੂਜੀ ਗੱਲ, ਇਹਦੇ 'ਚ ਰਿਸ਼ਤੇ ਦੇਖਣ ਨੂੰ ਮਿਲਣਗੇ, ਜੇ ਮਾਂ ਅਤੇ ਪੁੱਤ ਦਾ ਰਿਸ਼ਤਾ ਹੈ, ਭੈਣ ਅਤੇ ਭਰਾ ਦਾ ਰਿਸ਼ਤਾ ਹੈ, ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਨਾ ਗਹਿਰਾਈ ਨਾਲ, ਜਿਵੇਂ ਇੱਕ ਫੈਮਿਲੀ ਹੁੰਦੀ ਹੈ ਕਿਵੇਂ ਭੈਣਾਂ ਜਿਵੇਂ ਭਰਾਵਾਂ ਦੇ ਲਈ ਕਿਸ ਹੱਦ ਤੱਕ ਚਲੀ ਜਾਂਦੀ ਹੈ, ਹੈ ਨਾ। ਬਿਲਕੁਲ। ਸੋ ਬਹੁਤ ਮੈਂ ਕੋਸ਼ਿਸ਼ ਕੀਤੀ ਹੈ ਵੀ ਰਿਸ਼ਤਿਆਂ ਨੂੰ ਉਹਦੇ 'ਤੇ ਉਤਾਰ ਸਕਾਂ ਸਕਰੀਨ 'ਤੇ। ਮੇਰੇ ਖਿਆਲ ਇੰਦਰ ਸਭ ਤੋਂ ਪਹਿਲਾਂ ਆਪਣੀ ਫਿਲਮ ਦੇ ਵਿੱਚ ਇਹੀ ਚੀਜ਼ ਦੇਖਦੇ ਨੇ ਕਿ ਫਿਲਮ ਦੇ ਵਿੱਚ ਸਾਡੇ ਪੰਜਾਬ ਦੀ ਜੇਕਰ ਗੱਲ ਹੋ ਰਹੀ ਹੈ ਤਾਂ ਬੜੀ ਨੇੜੇ ਤੋਂ ਕੀਤੀ ਜਾਵੇ, ਅਤੇ ਰਿਸ਼ਤਿਆਂ ਦੀ ਗੱਲ ਅਕਸਰ ਤੁਹਾਡੀ ਮਤਲਬ ਕਹਿ ਲਓਗੇ ਨਾ ਉਹ ਫਿਲਮ ਦੀ USP ਹੁੰਦੀ ਆ, ਉਹਦੇ ਆਲੇ ਦੁਆਲੇ ਘੁੰਮਦੀ ਆ, ਰਿਸ਼ਤਿਆਂ ਦੇ ਵਿੱਚ ਕੜਵਾਹਟ ਆਉਣੀ, ਦੁਬਾਰਾ ਮਿਲਣਾ, ਜਿਹੜੀ ਚੀਜ਼ਾਂ ਅਸੀਂ ਅਕਸਰ ਆਮ ਜ਼ਿੰਦਗੀ 'ਚ ਦੇਖਦੇ ਹਾਂ, ਤਾਂ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਲੋਕ ਜ਼ਿਆਦਾ ਕਨੈਕਟ ਕਰ ਪਾਉਂਦੇ ਨੇ। ਹਾਂਜੀ, ਮੇਰੇ ਹਿਸਾਬ ਨਾਲ ਰਿਸ਼ਤੇ ਹੀ ਹੈ ਜਿਹੜਾ ਇਨਸਾਨ ਨੂੰ ਇਨਸਾਨ ਬਣਾਉਂਦੇ ਆ। ਜੇ ਰਿਸ਼ਤੇ ਨਾ ਹੁੰਦੇ ਤਾਂ ਆਪਾਂ ਸਮਾਜ ਹੀ ਨਾ ਹੁੰਦਾ, ਆਪਾਂ ਪਰਿਵਾਰ ਨਾ ਹੁੰਦਾ ਤਾਂ ਆਪਾਂ ਜੰਗਲਾਂ 'ਚ ਹੀ ਰਹਿ ਰਹੇ ਹੁੰਦੇ ਅੱਜ ਵੀ। ਸੋ ਰਿਸ਼ਤਿਆਂ ਤੋਂ ਬਿਨਾਂ ਕੋਈ ਵੀ ਕਹਾਣੀ ਕਹਿਣੀ ਮਤਲਬ ਪੋਸੀਬਲ ਹੀ ਨਹੀਂ ਹੈ ਮੇਰੀ ਨਜ਼ਰ 'ਚ। ਥੈਂਕ ਯੂ ਸੋ ਮਚ ਭਾਜੀ, ਐਂਡ ਬੜਾ ਸੋਹਣਾ ਟ੍ਰੇਲਰ ਅੱਜ ਲਾਂਚ ਹੋ ਚੁੱਕਿਆ, ਅਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਫਿਲਮ ਵੀ ਇੰਨੀ ਪਸੰਦ ਆਊਗੀ ਅਤੇ ਟ੍ਰੇਲਰ ਸਾਰੇ ਦੇਖਣਗੇ ਅਤੇ ਸਾਰੇ ਨੂੰ ਟ੍ਰੇਲਰ ਵੀ ਜਿਹੜਾ ਹੈ ਬਹੁਤ ਜ਼ਿਆਦਾ ਪਸੰਦ ਆਊਗਾ। ਸੋ ਆਪਾਂ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੀਂ ਫਿਲਮ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਤਕਲੀਫ ਸਾਨੂੰ ਦਿਓ ਜਾ, ਸਤਿ ਸ਼੍ਰੀ ਅਕਾਲ।